करतार सिंह सराबा जी का बुत बनया होया जिहड़ी सड़क जांदी आ उह चिक्कर नाल भरी होई आ ते जदों वी कोई उत्थों गड्डी लंघदी आ ते जिहड़ा चिक्कर आ बुत ते पैंदा। ਇਹ ਸਾਡੇ ਸ਼ਹੀਦਾਂ ਦਾ ਸਨਮਾਨ ਹੋ ਰਿਹਾ ਇਸ ਪੰਜਾਬ ਦੇ ਵਿੱਚ। ਇੱਥੇ ਇੱਕ ਲਾਗੇ ਏਅਰਪੋਰਟ ਬਣ ਰਿਹਾ, ਕਹਿੰਦੇ ਉਹਦਾ ਨਾਮ ਕਿਸੇ ਕਾਂਗਰਸੀ ਆਗੂ ਨੇ ਕਿਹਾ, ਮੰਡ ਨਾਮ ਦੇ ਕਾਂਗਰਸੀ ਆਗੂ ਨੇ ਜਿਨ੍ਹਾਂ ਨੇ ਬਹੁਤ ਟਾਈਮ ਪਹਿਲਾਂ ਆਪਣੀ ਪੱਗ ਨਾਲ ਰਾਜੀਵ ਗਾਂਧੀ ਦੀ ਫੋਟੋ ਨੂੰ ਪੂੰਝਿਆ ਸੀ, ਉਹ ਕਹਿੰਦੇ ਉਹਦਾ ਨਾਂ ਰੱਖੋ ਤੁਸੀਂ ਰਾਜੀਵ ਗਾਂਧੀ ਏਅਰਪੋਰਟ। ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਰਾਜੀਵ ਗਾਂਧੀ ਦਾ ਬਿਆਨ ਆਇਆ ਸੀ ਕਿ ਜਦੋਂ ਕੋਈ ਵੱਡਾ ਦਰਖਤ ਦਿਖਦਾ ਤੇ ਧਰਤੀ ਤੇ ਕੰਬ ਦੀ ਹੋਈ ਆ। ਸੋ ਇਹ ਇਹਨਾਂ ਦੀ ਸਰਦੀ ਆ ਪੰਜਾਬੀਆਂ ਲਈ। ਗਾਂਧੀ ਪਰਿਵਾਰ ਕੋਈ ਇਹਨਾਂ ਨੇ ਬਹਾਦਰੀ ਵਾਲੇ ਕੰਮ ਤਾਂ ਕੀਤੇ ਨਹੀਂ ਜਿਹੜੇ ਇਹਨਾਂ ਨਾਲ ਏਅਰਪੋਰਟ ਬਣਾਏ ਜਾ ਰਹੇ ਆ। ਐਂਡ ਪੰਜਾਬ ਦੇ ਨਾਲ ਗਾਂਧੀ ਪਰਿਵਾਰ ਨੇ ਕੀ ਕੀਤਾ ਜਿਹੜੇ ਇੱਥੇ ਪੰਜਾਬ ਉਹਨਾਂ ਦੇ ਨਾਂ ਤੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਪਹੁੰਚੀ ਅਨਮੋਲ ਗਗਨ ਨੇ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਸਰਕਾਰ ਉੱਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਸ਼ਹੀਦ ਦੇ ਬੁੱਤ ਉੱਤੇ ਟੁੱਟੀ ਸੜਕ ਕਰਕੇ ਚਿੱਕੜ ਤੱਕ ਪੈ ਰਿਹਾ ਹੈ। ਇਸ ਦੇ ਨਾਲ ਹੀ ਹੋਰ ਅਨਮੋਲ ਗਗਨ ਦਾ ਕੀ ਕਹਿਣਾ, ਆਓ ਉਹ ਵੀ ਸੁਣ ਲਵੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਸਾਰੇ ਪਿੰਡ ਸਰਾਭਾ ਦੇ ਵਿੱਚ ਪਹੁੰਚੇ ਹਾਂ ਤੇ ਆਸ ਪਾਸ ਦੇ ਪਿੰਡਾਂ ਦੇ ਤੇ ਪਿੰਡ ਸਰਾਭਾ ਦੇ ਨਿਵਾਸੀ ਨੇ ਜਿਹੜੇ ਅਸੀਂ ਰਲ ਮਿਲ ਕੇ ਇਸ ਮੰਗ ਨੂੰ ਰੱਖ ਰਹੇ ਹਾਂ, ਕਿਉਂਕਿ ਜਿੱਥੇ ਸਰਾਭਾ ਜੀ ਦੀ ਗੱਲ ਆਉਂਦੀ ਹੈ ਉੱਥੇ ਇਕੱਲੇ ਪਿੰਡ ਵਾਸੀਆਂ ਦੀ ਗੱਲ ਨਹੀਂ ਆਉਂਦੀ, ਕਿਉਂਕਿ ਜੋ ਸਰਾਭਾ ਜੀ ਨੇ ਕੁਰਬਾਨੀ ਕੀਤੀ ਉਹ ਪਿੰਡ ਲਈ ਜਾਂ ਪੰਜਾਬ ਲਈ ਨਹੀਂ ਕੀਤੀ ਸੀ, ਪੂਰੇ ਦੇਸ਼ ਲਈ ਕੀਤੀ ਸੀ। ਸਾਡੇ ਸ਼ਹੀਦਾਂ ਨੇ ਜਿਹੜੇ 17 ਸਾਲ ਦੀ ਉਮਰ 'ਚ ਫਾਂਸੀ ਚੁੰਮ ਕੇ ਜਿਹਨੇ ਗੱਲ ਨਾਲ ਪਾੜੀ ਸੀ, ਇਹ ਕਹਿ ਕੇ ਕਿ ਮੈਂ ਦੁਬਾਰੇ ਪੈਦਾ ਹੋਵਾਂਗਾ ਅਤੇ ਦੇਸ਼ ਨੂੰ ਯਾਦ ਕਰਾਊਂਗਾ। ਜੱਜ ਨੇ ਉਹਨੂੰ ਕਿਹਾ ਸੀ ਕਿ ਤੂੰ ਥੋੜ੍ਹੇ ਰੁੱਖੇ ਸ਼ਬਦ ਨਾ ਬੋਲ, ਸ਼ਾਇਦ ਮੈਂ ਤੈਨੂੰ ਉਮਰ ਕੈਦ ਦੇ ਦੇਵਾਂ। ਉਹ ਕਹਿੰਦਾ ਨਾ, ਉਮਰ ਕੈਦ ਨਹੀਂ ਚਾਹੀਦੀ, ਮੈਨੂੰ ਫਾਂਸੀ ਹੀ ਚਾਹੀਦੀ ਹੈ, ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ 'ਚ ਇੱਕ ਜੋਸ਼ ਭਰ ਜਾਵੇ ਅਤੇ ਆਉਣ ਵਾਲੇ ਟਾਈਮ 'ਚੋਂ ਯਾਦ ਰੱਖਣ ਕਿ ਮੈਨੂੰ ਦੇਖ ਕੇ ਜੇ ਇਹ ਨੌਜਵਾਨ ਸ਼ਹੀਦ ਹੋ ਸਕਦਾ ਤਾਂ ਅਸੀਂ ਵੀ ਆਪਣੇ ਦੇਸ਼ ਲਈ ਯਾਦ ਆਵਾਜ਼ ਉਠਾਵਾਂਗੇ। ਪਰ ਅੱਜ ਜਦੋਂ ਸਰਾਭਾ ਪਿੰਡ 'ਚ ਆ ਕੇ ਮੈਂ ਦੇਖਿਆ, ਕਿਉਂਕਿ ਮੇਰੇ ਵੀਰਾਂ ਨੇ ਮੈਨੂੰ ਬੁਲਾਇਆ, ਇਨਕਲਾਬ ਜ਼ਿੰਦਾਬਾਦ ਜਥੇਬੰਦੀ ਇੱਥੇ ਬਣਾਈ ਹੋਈ ਹੈ ਜਾਂ ਹੋਰ ਸਾਰੀ ਆਮ ਆਦਮੀ ਪਾਰਟੀ ਇੱਥੇ ਮੌਜੂਦ ਆ, ਹਲਕੇ ਦੀ ਹਲਕੇ ਦੇ ਨਿਵਾਸੀ ਪਿੰਡ ਵਾਸੀ ਆਸ ਪਾਸ ਪਿੰਡਾਂ ਤੋਂ ਪਹੁੰਚੇ ਹੋਏ ਆ ਕਿ ਇੱਥੇ ਜਿੱਥੇ ਕਰਤਾਰ ਸਿੰਘ ਸਰਾਭਾ ਜੀ ਦਾ ਬੁੱਤ ਬਣਿਆ ਹੋਇਆ ਜਿਹੜੀ ਸੜਕ ਜਾਂਦੀ ਆ ਉਹ 'ਚ ਚਿੱਕੜ ਨਾਲ ਭਰੀ ਹੋਈ ਆ ਅਤੇ ਜਦੋਂ ਵੀ ਕੋਈ ਉੱਥੋਂ ਗੱਡੀ ਲੰਘਦੀ ਆ ਅਤੇ ਜਿਹੜਾ ਚਿੱਕੜ ਉਹ ਬੁੱਤ 'ਤੇ ਪੈਂਦਾ। ਇਹ ਸਾਡੇ ਸ਼ਹੀਦਾਂ ਦਾ ਸਨਮਾਨ ਹੋ ਰਿਹਾ ਇਸ ਪੰਜਾਬ ਦੇ ਵਿੱਚ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਅੰਗਰੇਜ਼ ਭਜਾਏ, ਅੱਜ ਅਸੀਂ ਆਜ਼ਾਦ ਦੇਸ਼ ਨੂੰ ਕਹਾਉਂਦੇ ਹਾਂ। ਆਜ਼ਾਦ ਉਹ ਹੋਇਆ ਨਹੀਂ ਕਿਉਂਕਿ ਉਹ ਗੋਰੇ ਅੰਗਰੇਜ਼ ਭਜਾਉਣ ਤੋਂ ਬਾਅਦ ਇੱਥੇ ਸਾਡੇ ਆਪਣਿਆਂ ਨੇ ਸਾਨੂੰ ਗੁਲਾਮ ਕਰ ਲਿਆ। ਉਹਨਾਂ ਨੂੰ ਪਤਾ ਕਿ ਇਹ ਦੇਸ਼ ਗੁਲਾਮ ਆ, ਉਹ ਸ਼ਹੀਦਾਂ ਨੂੰ ਉੱਪਰ ਦਰਜਾ ਕਿਉਂ ਨਹੀਂ ਦੇ ਰਹੇ? ਉਹ ਤਾਂ ਨਹੀਂ ਦੇ ਰਹੇ ਕਿ ਜਦੋਂ ਦੇਖਣਗੇ ਕਿ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਊਧਮ ਸਿੰਘ ਭਗਤ ਸਿੰਘ ਦੇ ਨਾਂ 'ਤੇ ਬਹੁਤ ਕੁਛ ਬਣ ਰਿਹਾ ਤਾਂ ਉਹਨਾਂ ਦੇ ਮਨ 'ਚ ਇੱਕ ਜੋਸ਼ ਪੈਦਾ ਹੋਊ। ਇਹ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਜਿਹੜੀਆਂ 70 ਸਾਲ ਤੋਂ ਬਦਲ ਬਦਲ ਕੇ ਆ ਰਹੀਆਂ, ਇਹ ਉਹਨਾਂ ਦੀ ਇੱਕ ਬਹੁਤ ਡੂੰਘੀ ਸਾਜਿਸ਼ ਹੈ ਕਿ ਇਹਨਾਂ ਸ਼ਹੀਦਾਂ ਦੇ ਇਹਨਾਂ ਯੋਧਿਆਂ ਸੂਰ ਵੀਰਾਂ ਦੇ ਨਾਮ ਨੂੰ ਉੱਪਰ ਨਾ ਲਿਆਂਦਾ ਜਾਵੇ ਤਾਂ ਕਿ ਜਿਹੜੀ ਨਵੀਂ ਪਨੀਰੀ ਆ ਉਹ ਇਹਨਾਂ ਨੂੰ ਫੋਲੋ ਕਰਕੇ ਬਗਾਵਤ ਨਾ ਕਿਤੇ ਕਰ ਦੇਵੇ। ਸੋ ਇੱਥੇ ਇੱਕ ਲਾਗੇ ਏਅਰਪੋਰਟ ਬਣ ਰਿਹਾ, ਕਹਿੰਦੇ ਉਹਦਾ ਨਾਮ ਕਿਸੇ ਕਾਂਗਰਸੀ ਆਗੂ ਨੇ ਕਿਹਾ, ਮੰਡ ਨਾਮ ਦੇ ਕਾਂਗਰਸੀ ਆਗੂ ਨੇ ਜਿਨ੍ਹਾਂ ਨੇ ਬਹੁਤ ਟਾਈਮ ਪਹਿਲਾਂ ਆਪਣੀ ਪੱਗ ਨਾਲ ਰਾਜੀਵ ਗਾਂਧੀ ਦੀ ਫੋਟੋ ਨੂੰ ਪੂੰਝਿਆ ਸੀ, ਉਹ ਕਹਿੰਦੇ ਉਹਦਾ ਨਾਂ ਰੱਖੋ ਤੁਸੀਂ ਰਾਜੀਵ ਗਾਂਧੀ ਏਅਰਪੋਰਟ। ਦੇਖੋ, ਇਹ ਉਹੀ ਰਾਜੀਵ ਗਾਂਧੀ ਹੈ ਜਿਹਨੇ 1984 'ਚ ਜਦੋਂ ਸਿੱਖ ਮਰੇ ਸੀ, ਜਦੋਂ ਸਿੱਖਾਂ ਦੀਆਂ ਇਹਨਾਂ ਨੇ ਸਿੱਖਾਂ ਨੂੰ ਉੱਥੇ ਬੁਰੀ ਤਰ੍ਹਾਂ ਦੰਗੇ ਕਰਕੇ ਮਾਰ ਦਿੱਤਾ ਸੀ ਹਜ਼ਾਰਾਂ ਦੀ ਗਿਣਤੀ 'ਚ, ਅਤੇ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤਾਂ ਰਾਜੀਵ ਗਾਂਧੀ ਦਾ ਬਿਆਨ ਆਇਆ ਸੀ ਕਿ ਜਦੋਂ ਕੋਈ ਵੱਡਾ ਦਰਖਤ ਦਿਖਦਾ ਤਾਂ ਧਰਤੀ ਤੇ ਕੰਬ ਦੀ ਹੋਈ ਆ। ਸੋ ਇਹ ਇਹਨਾਂ ਦੀ ਸਰਦੀ ਆ ਪੰਜਾਬੀਆਂ ਲਈ। ਇੰਦਰਾ ਗਾਂਧੀ ਏਅਰਪੋਰਟ ਦਿੱਲੀ। ਸੋ ਇਹ ਗਾਂਧੀ ਪਰਿਵਾਰ ਕੋਈ ਇਹਨਾਂ ਨੇ ਬਹਾਦਰੀ ਵਾਲੇ ਕੰਮ ਤਾਂ ਕੀਤੇ ਨਹੀਂ ਜਿਹੜੇ ਇਹਨਾਂ ਦੇ ਨਾਂ 'ਤੇ ਏਅਰਪੋਰਟ ਬਣਾਏ ਜਾ ਰਹੇ ਆ। ਐਂਡ ਪੰਜਾਬ ਦੇ ਨਾਲ ਗਾਂਧੀ ਪਰਿਵਾਰ ਨੇ ਕੀ ਕੀਤਾ ਜਿਹੜੇ ਇੱਥੇ ਪੰਜਾਬ ਉਹਨਾਂ ਦੇ ਨਾਂ 'ਤੇ ਅਸੀਂ ਕਾਂਗਰਸ ਵਾਲੇ ਆਗੂ ਮੰਗ ਕਰ ਰਹੇ ਨੇ ਕਿ ਰਾਜੀਵ ਗਾਂਧੀ ਜਾਂ ਉਹਨਾਂ ਦੇ ਕਿਸੇ ਵੀ ਗਾਂਧੀ ਕਿਹੜੇ ਉਹ ਸ਼ਹੀਦੀਆਂ ਪਾ ਗਏ ਜਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਸਾਡੇ ਸ਼ਹੀਦ ਇੱਥੇ ਜਿਹੜਾ ਮੋਹਾਲੀ ਵੀ ਏਅਰਪੋਰਟ ਬਣਿਆ ਉਦੋਂ ਭਗਤ ਸਿੰਘ ਉਹਦਾ ਨਾਂ ਰੱਖਣ ਦੀ, ਭਗਤ ਸਿੰਘ ਏਅਰਪੋਰਟ, ਸ਼ਹੀਦ ਭਗਤ ਸਿੰਘ ਏਅਰਪੋਰਟ ਰੱਖਣ ਦੀ ਮੰਗ ਉੱਠੀ ਸੀ, ਪਰ ਕਿਸੇ ਨੇ ਗੌਰ ਨਹੀਂ ਕੀਤੀ, ਉਹਦਾ ਨਾਂ ਚੰਡੀਗੜ੍ਹ ਦੇ ਨਾਂ 'ਤੇ ਰੱਖ ਦਿੱਤਾ ਗਿਆ। ਸੋ ਸਰਕਾਰਾਂ ਨੂੰ ਖੁਦ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਸ਼ਹੀਦਾਂ ਦੀ ਕੀ ਵੈਲਿਊ ਆ,
ਇੱਥੇ ਨੌਜਵਾਨ ਪੀੜ੍ਹੀ ਕਹਿ ਰਹੀ ਹੈ ਕਿ ਅਸੀਂ ਉਹੀ ਬਗਾਵਤ ਦੁਬਾਰੇ ਠਾਵਾਂਗੇ ਜਿਹੜੀ ਉਦੋਂ ਦੇਸ਼ ਆਜ਼ਾਦ ਕਰਾਉਣ ਵੇਲੇ ਇਹ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ। ਸੋ ਇਹੋ ਜੀ ਲਹਿਰ ਨਾ ਉੱਥੇ ਪੰਜਾਬ ਦੇ ਵਿੱਚ ਬਗਾਵਤ ਵਾਲਾ ਮਾਹੌਲ ਨਾ ਆਵੇ। ਸੋ ਮੈਂ ਸਰਕਾਰਾਂ ਨੂੰ ਚਾਹੇ ਇਹ ਮੈਂ ਆਪਣੇ ਵੀਰਾਂ ਨੂੰ ਕਿਹਾ, ਮੈਂ ਕਿਹਾ ਸਰਕਾਰਾਂ ਨੂੰ ਕੀ ਪ੍ਰੋਬਲਮ ਹੋ ਸਕਦੀ ਆ ਇਸ ਏਅਰਪੋਰਟ ਦਾ ਇਹ ਨਾ ਰੱਖਣ 'ਚ ਕੀ। ਕਰਤਾਰ ਸਿੰਘ ਸਰਾਭਾ ਇਹ ਕਹਿੰਦੇ ਵੀ ਉਹ ਕਹਿੰਦੇ ਸਾਡੇ ਸ਼ਹਿਰ 'ਚ 45% ਆ, ਸੈਂਟਰ ਦੇ 55% ਨੇ। ਕਿੰਨਾ ਕੁ ਫਰਕ ਹੈ ਸੈਂਟਰ ਨੂੰ ਕਹਿਣਾ ਤਾਂ ਇਹਨਾਂ ਨੇ ਆ ਨਾ ਸੈਂਟਰ ਕੋਲੇ, ਗੱਲ ਤਾਂ ਆਪਣੀ ਮੰਗ ਤੇ ਕੈਪਟਨ ਸਾਹਿਬ ਨੇ ਰੱਖਣੀ ਆ। ਤੇ ਇਹਨਾਂ ਨੂੰ ਕਿਸ ਗੱਲ ਦਾ ਡਰ ਹੈ ਕਿ ਜੇ ਇੱਥੇ ਸ਼ਹੀਦਾਂ ਦੇ ਨਾਂ ਤੇ ਵੱਡੇ ਵੱਡੇ ਏਅਰਪੋਰਟ ਬਣ ਗਏ ਜਾਂ ਸ਼ਹੀਦਾਂ ਦੇ ਪਿੰਡ ਖੂਬਸੂਰਤ ਬਣ ਗਏ। ਕਰਤਾਰ ਸਿੰਘ ਸਰਾਭਾ ਦਾ ਪਿੰਡ ਤੀਰਥ ਸਥਾਨ ਹੋਣਾ ਚਾਹੀਦਾ। ਜਦੋਂ ਬੰਦਾ ਇੱਥੇ ਕੋਈ ਆ ਕੇ ਦੇਖੇ ਉਹਨੂੰ ਲੱਗਣਾ ਚਾਹੀਦਾ ਕਿ ਇੱਕ ਸ਼ਹੀਦ ਦਾ ਪਿੰਡ ਆ। ਇੱਥੇ ਜੋਸ਼, ਇੱਥੋਂ ਦੀਆਂ ਸਹੂਲਤਾਂ ਦੇਖ ਕੇ ਲੋਕ ਇੱਥੇ ਘੁੰਮਣ ਆਉਂਦੇ ਨੇ। ਇਹ ਸੋਚ ਕੇ ਕਿ ਜਦੋਂ ਇੱਥੇ ਆਉਂਦੇ ਕਹਿੰਦੇ ਇਹ ਹਾਲ ਆ, ਸ਼ਹੀਦਾਂ ਨੂੰ ਇਹ ਸਤਿਕਾਰ ਦਿੱਤਾ ਗਿਆ। ਜੋ ਇੱਥੋਂ ਦੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਮੈਂ ਰੋਸ ਦੇਖਿਆ ਸਰਕਾਰ ਦੇ ਲਈ ਇਹ ਦੁਖੀ ਨੇ ਕਿ ਇਹਨਾਂ ਦੇ ਗੁੰਡਾ ਰਾਜ ਨੂੰ ਕਿਵੇਂ ਖਤਮ ਕੀਤਾ ਜਾਊਗਾ ਤੇ ਸਾਡੇ ਸ਼ਹੀਦਾਂ ਨੂੰ ਉੱਪਰ ਲੈ ਕੇ ਆ ਜਾਓ। ਤੁਸੀਂ ਸ਼ਹੀਦ ਤੇ ਹੋ ਗਏ, ਉਹਨਾਂ ਦੇ ਸਿਰ 'ਤੇ ਤੁਸੀਂ ਵੱਡੇ ਵੱਡੇ ਅਹੁਦੇ ਲਈ ਬੈਠੇ ਹੋ, ਸਰਕਾਰਾਂ ਚਲਾ ਰਹੇ ਹੋ, ਘੱਟੋ ਘੱਟ ਅੱਜ ਘੱਟੋ ਘੱਟ ਆਪਣੀ ਇੱਜ਼ਤ ਰੱਖਣ ਲਈ, ਘੱਟੋ ਘੱਟ ਆਪਣੇ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਹੀ ਉਹਨਾਂ ਦੇ ਨਾਂ ਉੱਤੇ ਕੋਈ ਏਅਰਪੋਰਟ ਜਾਂ ਉਹਨਾਂ ਦੇ ਪਿੰਡ ਦਾ ਚੰਗੀ ਤਰ੍ਹਾਂ ਵਿਕਾਸ ਕਰਾ ਦਿਓ। ਉਹਨਾਂ ਦੇ ਘਰ ਦੀ ਹਾਲਤ ਆ ਕੇ ਦੇਖੋ, ਉੱਥੇ ਪੇਂਟ ਤੱਕ ਨਹੀਂ ਹੋਇਆ ਹੋਇਆ। ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਨੂੰ ਚੰਗੀ ਤਰ੍ਹਾਂ ਪੇਂਟ ਤੱਕ ਨਹੀਂ ਹੋਇਆ, ਐਂਡ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਉਹਦੇ ਘਰ ਦੇਖਣ ਆਉਂਦੇ ਆ ਵੀ ਦੇਖੀਏ ਸ਼ਹੀਦ ਦਾ ਘਰ ਕਿੱਦਾਂ ਜਾ ਕੇ। ਤੇ ਲਾਂਤਾਂ ਪਾਉਂਦੇ ਆ ਤੁਹਾਡੇ ਸਰਕਾਰਾਂ ਤੇ ਉਹ ਜਦੋਂ ਦੇਖਦੇ ਕੀ ਹਾਲਾਤ ਨੇ। ਇੱਥੋਂ ਦੀ ਸੜਕ ਜਿਹੜੀ ਕਿ ਨੀਵੀਂ ਹੋ ਚੁੱਕੀ ਹੈ, ਉਹਦਾ ਸਾਰਾ ਪਾਣੀ ਕਰਤਾਰ ਸਿੰਘ ਸਰਾਭਾ ਦੇ ਘਰ ਨੂੰ ਜਾਂਦਾ, ਉਹਦਾ ਖਰਚਾ NRI ਬਾਹਰੋਂ ਭੇਜ ਰਹੇ ਨੇ। ਕੀ ਉਹ ਤਨਖਾਹਾਂ ਤੇ ਲੱਗੇ ਹੋਏ ਨੇ? ਤੁਸੀਂ ਉਹਨਾਂ ਨੂੰ ਤਨਖਾਹਾਂ ਭੇਜਦੇ ਹੋ? ਦੇਸ਼ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ, ਪਰ ਸਰਕਾਰ ਆਪਣੇ ਫਰਜ਼ ਭੁੱਲ ਕੇ ਰਾਜਨੀਤੀ ਕਰ ਰਹੀ ਹੈ, ਲੋਕਾਂ ਨੂੰ ਲੁੱਟਣ ਦੇ ਤਰੀਕੇ ਲੱਭ ਰਹੀ ਹੈ। ਸ਼ਹੀਦਾਂ ਨੂੰ ਬਣਦਾ ਸਨਮਾਨ ਦੇਣਾ ਤੁਹਾਡਾ ਫਰਜ਼ ਹੈ। ਜੇ ਤੁਸੀਂ ਬਹੁਤ ਵਧੀਆ ਸਰਕਾਰਾਂ, ਘੱਟੋ ਘੱਟ ਅਸੀਂ ਆਪਣੀ ਗਲਤੀ ਮੰਨ ਲਵਾਂਗੇ ਕਿ ਅਸੀਂ ਗਲਤ ਕਹਿ ਰਹੇ ਹਾਂ। ਤੁਸੀਂ ਇਸ ਪਿੰਡ ਨੂੰ ਚੰਗੀ ਤਰ੍ਹਾਂ ਇੱਕ ਤੀਰਥ ਸਥਾਨ ਵਾਂਗੂ ਬਣਾਓ, ਉਹਨਾਂ ਦੇ ਘਰ ਨੂੰ ਵਧੀਆ ਤਰੀਕੇ ਨਾਲ ਉਹਨੂੰ ਸਾਰਾ ਮੈਨੇਜ ਕਰੋ ਤਾਂ ਕਿ ਜਦੋਂ ਲੋਕ ਆਉਣ, ਜਦੋਂ ਬਾਹਰੋਂ ਅੰਦਰੋਂ ਲੋਕ ਆਉਣ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਚੱਲਿਆ, ਉਹਨਾਂ ਨੂੰ ਬੜਾ ਮਾਣ ਮਹਿਸੂਸ ਹੋਵੇ। ਅਤੇ ਜਿਹੜਾ ਏਅਰਪੋਰਟ ਇੱਥੇ ਲੁਧਿਆਣੇ 'ਚ ਬਣ ਰਿਹਾ ਉਹਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਏਅਰਪੋਰਟ ਰੱਖਿਆ ਜਾਵੇ। ਅਨਮੋਲ ਗਗਨ ਮਾਨ ਜੀ ਜੋ ਸਾਡੇ ਵਿੱਚ ਆਏ ਨੇ, ਇਹਨਾਂ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਆਉਣ ਦਾ ਕਿਰਪਾਲਤਾ ਕੀਤੀ ਆ ਜੀ। ਸੋ ਦੋਸਤੋ ਸਾਡੇ ਜੋ ਸਾਡੀ ਭੈਣ ਨੇ ਦੱਸਿਆ ਜੀ ਕਿ ਸਾਡੇ ਸਧਾਰ ਐਤੀ ਵਾਲੇ ਪਿੰਡ ਦੇ ਕੋਲ ਜੋ ਕਿੱਥੋਂ ਮਾਤਰ 5 ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ, ਉੱਥੇ ਇੱਕ ਏਅਰਪੋਰਟ ਬਣਨ ਜਾ ਰਿਹਾ ਵਾ ਜੀ, ਕਿ ਜਿਸਦਾ ਨਾਮ ਕਿ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਜਾਂ ਤਾਂ ਉਸਦਾ ਨਾਮ ਲੁਧਿਆਣਾ ਏਅਰਪੋਰਟ ਦੇ ਨਾਂ 'ਤੇ ਰੱਖਿਆ ਜਾਵੇਗਾ ਅਤੇ ਜਾਂ ਫਿਰ ਉਸ ਰਾਜੀਵ ਗਾਂਧੀ ਨਾਂ 'ਤੇ ਰੱਖਿਆ ਜਾਵੇਗਾ ਜਿਸਨੇ 1984 ਈਸਵੀ ਦੇ ਵਿੱਚ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ, ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਅਤੇ ਸਾਡੇ ਬਜ਼ੁਰਗਾਂ ਨੂੰ ਮਾਰਿਆ ਉਸ ਰਾਜੀਵ ਗਾਂਧੀ ਦੇ ਨਾਂ 'ਤੇ। ਅਤੇ ਇਸ ਦੇ ਵਿੱਚ ਸਾਡੇ ਕਾਂਗਰਸ ਇੱਕ ਆਗੂ ਮੰਡ ਗੁਰਸਿਮਰਨ ਸਿੰਘ ਮੰਡ ਇਸ ਚੀਜ਼ ਦੀ ਹਮਾਇਤ ਕਰ ਰਿਹਾ ਵਾ। ਅਤੇ ਜਦੋਂ ਅਸੀਂ ਇਨਕਲਾਬ ਜ਼ਿੰਦਾਬਾਦ ਲਹਿਰ ਵੱਲੋਂ ਅਤੇ ਹੋਰ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਜਥੇਬੰਦੀ ਵੱਲੋਂ ਅਸੀਂ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਇਸ ਏਅਰਪੋਰਟ ਉੱਤੇ ਨਾਮ ਰੱਖਣ ਦੀ ਮੰਗ ਕੀਤੀ। 4500 ਸਿਗਨੇਚਰ ਸਾਡੇ ਸਾਰੇ ਆਮ ਘਰਾਂ 'ਚੋਂ ਨਿਕਲ ਹੋਏ ਨੌਜਵਾਨਾਂ ਨੇ ਘਰ ਘਰ ਜਾ ਕੇ 4500 ਲੋਕਾਂ ਦੇ ਸਿਗਨੇਚਰ ਉਸ DC ਸਾਹਿਬ ਨੂੰ ਲੁਧਿਆਣੇ ਜਾ ਕੇ ਡਿਪੋਜ਼ਿਟ ਕਰਵਾਏ ਅਤੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਇਸ ਚੀਜ਼ ਦੇ ਉੱਤੇ ਰਿਪਾਈ ਦਿੱਤਾ ਜਾਏਗਾ। ਪਰ ਮਾੜੀ ਕਿਸਮਤ ਸਾਡੇ ਪੰਜਾਬੀਆਂ ਦੀ, ਮਾੜੀ ਕਿਸਮਤ
कि वह गोरे गोरी चमड़ी वाले चले गए पर अच पगा वाले दाढ़िया वाले वह अंग्रेजों दी रूहां जिन्हां सरकारां दे विच आके बैठ गई जिन्होंने साडियां गल्लां नूं अणगौले कीता वा। सो अज साडे विच भैण अनमोल गगन मान जी पहुँच चुके ने। मैं इन्हां नूं भी बेनती करदा वा कि जिन्ना हो सके साडे पंजाबीआं दी आवाज़ तुसीं साडे चेहरे हो पंजाब दे तुसीं साडे आवाज़ दे बुलंद आवाज़ हो तुसीं इस मुद्दे नूं जरूर चुको ता जो आउण वाले दिनां दे विच जेकर बल्लभ भाई पटेल दी मूर्ति ते करोड़ां रुपया थप्पिया जा सकदा जेकर राजनीतिकरण करके इंदिरा गांधी एयरपोर्ट दिल्ली विच बन सकदा वा जे इंदिरा गांधी यूनिवर्सिटी दिल्ली विच बन सकदी आ तां इस तां सिर्फ एक बने बनाए हुए एयरपोर्ट नूं शहीद आजम करतार सिंह सराभा जी दे नां ते चाहुंदे आ तां जो साडे इलाके दे विच साडियां आउण वालियां पीढ़ियां वी साडे साडे बजुर्ग साडियां आउण वालियां पीढ़ियां साडे ते माण करन कि साडे नौजवानां ने घरां विचों निकले ने ते उहनां ने शहीद आजम करतार सिंह सराभा जी दे नां उत्ते इस एयरपोर्ट नां रखण दी मंग कीती सी ते साडे पंजाबियां दे वी इक हौसले बुलंद होणगे जदों कितों कनेडा तों बैठ के उह सर्च करनगे कि कित्थे दी फ्लाइट आ तां उत्थे लिख के आऊगा कि शहीद आजम करतार सिंह सराभा इंटरनेशनल एयरपोर्ट जिस दे नाल साडे पंजाबियां दीआं हिक्कां चौड़ियां होणगीआं ते साडे शहीदां नूं होर ज्यादा सत्कार प्राप्त होऊगा जी। मैं दुबारा फिर साडी वड्डी भैण अनमोल गगन मान ते उहनां दी सारी टीम दा धन्नवाद करदा वां जिन्हां ने अपने कीमती समय विचों सानूं समां दित्ता वा जी। सो दुबारा आओ इक वारी आपां जरूर गज्जीए नारे दे नाल ते शहीद आजम करतार सिंह सराभा जी ते होर क्रांतिकारियां दी रूहां नूं करिए खुश। इनकलाब जिंदाबाद इनकलाब जिंदाबाद शहीद आजम करतार सिंह सराभा थोड़ी सोच ते देंगे ठोक के हवाई अड्डे दा नाम शहीद करतार सिंह सराभा।